ਕੱਲ ਫਲੋਰ ਪਲੇ ਸਟੇਸ਼ਨ ਦੇ ਵਿੱਚ ਸਾਡੀ ਫਲੋਰ ਸਬ ਡਿਵੀਜ਼ਨ ਦੀ ਟੀਮ ਨੂੰ ਬੜੀ ਅੱਛੀ ਸਫਲਤਾ ਮਿਲੀ ਹੈ। ਜਦੋਂ ਕੱਲ ਸ਼ਾਮੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀਗਾ, ਉੱਥੋਂ ਇਹਨਾਂ ਨੇ ਇੱਕ ਕੀ ਆ ਵਾਈਟ ਕਲਰ ਦੀ ਜਿਹੜੀ ਗੱਡੀ ਹੈਗੀ ਆ ਉਹਦੇ ਵਿੱਚੋਂ ਇੱਕ ਬੰਦਾ ਅਰੈਸਟ ਕੀਤਾ, ਜਿਹਦੇ ਜਦੋਂ ਤਲਾਸ਼ੀ ਲਈ ਗਈ ਉਹਦੇ ਕੋਲ ਇੱਕ ਪਿਸਤੌਲ ਬਰਾਮਦ ਹੋਇਆ ਇਲੀਗਲ। ਔਰ ਉਹਦੀ ਪਛਾਣ ਜਿਹੜੀ ਜਗਦੀਪ ਸਿੰਘ ਏਲੀਅਸ ਗਿੱਲ ਏਲੀਅਸ ਠੋਲੂ ਦੇ ਨਾਮ 'ਤੇ ਹੋਈ, ਜਿਹੜਾ ਤਰਨ ਤਾਰਨ ਦਾ ਰਹਿਣ ਵਾਲਾ ਸੀ। ਜਨਵਰੀ ਦੇ ਮਹੀਨੇ 13 ਜਨਵਰੀ ਨੂੰ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ, ਜਿਹਦੇ ਵਿੱਚ ਸਨੀ ਚੀਮਾ ਨਾਮ ਦਾ ਜਿਹੜਾ ਸਰਪੰਚ ਸੀਗਾ, ਬੜਾ ਇਨਫਲੂਐਂਸ਼ੀਅਲ ਬੰਦਾ ਸੀਗਾ, ਪੋਲੀਟੀਕਲੀ ਐਸੋਸੀਏਟਿਡ ਸੀਗਾ, ਉਹਨੂੰ ਸਵੇਰ ਦੇ ਟਾਈਮ 'ਤੇ ਜਦੋਂ ਆਪਣੇ ਇੱਕ ਸਲੂਨ ਦੇ ਵਿੱਚ ਹੇਅਰ ਕਟਿੰਗ ਲਈ ਬੈਠਾ ਸੀਗਾ, ਉੱਥੇ ਇੱਕ ਬੰਦਾ ਮਾਸਕ ਬੰਦਾ ਅੰਦਰ ਐਂਟਰ ਕੀਤਾ, ਉਹਨੇ ਉਹਦੇ ਗੋਲੀਆਂ ਮਾਰੀਆਂ ਔਰ ਉਹਦੇ ਨਾਲ ਦਾ ਬੰਦਾ ਬਾਹਰ ਬਾਈਕ 'ਤੇ ਬੈਠਾ ਰਿਹਾ, ਫਿਰ ਉਹ ਉੱਥੋਂ ਭੱਜ ਗਏ ਔਰ ਉਹਨਾਂ ਦਾ ਕਤਲ ਕੀਤਾ। ਬੜਾ ਸੈਂਸੇਸ਼ਨਲ ਮਰਡਰ ਸੀ, ਡੇ ਲਾਈਟ ਦੇ ਵਿੱਚ ਮਰਡਰ ਕੀਤਾ ਗਿਆ ਸੀ, ਜਿਹਦੇ 'ਤੇ ਬੜੀ ਹੂ ਐਂਡ ਕ੍ਰਾਈ ਸੀ। ਬਾਅਦ ਦੇ ਵਿੱਚ ਇਸ ਮਰਡਰ ਦੀ ਜ਼ਿੰਮੇਵਾਰੀ ਜਿਹੜਾ ਅੰਮ੍ਰਿਤਪਾਲ ਬਾਠ ਹੈਗਾ, ਬਾਹਰ ਫੋਰਨ ਬੇਸਡ ਕ੍ਰਿਮੀਨਲ, ਉਹਨੇ ਲਈ ਸੀਗੀ ਵੀ ਮੈਂ ਕਰਵਾਇਆ ਹੈਗਾ। ਤਰਨ ਤਾਰਨ ਪੁਲਿਸ ਨੇ ਇਹਦੇ ਵਿੱਚ ਕਾਫੀ ਬੰਦੇ ਆਲਰੇਡੀ ਅਰੈਸਟ ਕਰ ਲਏ ਸੀਗੇ, ਬਟ ਜਿਹੜਾ ਇਹ ਬੰਦਾ ਜਲੰਧਰ ਰੂਰਲ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਗਦੀਪ ਸਿੰਘ ਏਲੀਅਸ ਠੋਲੂ, ਇਹ ਮੇਨ ਬੰਦਾ ਕੰਸਪੀਰੇਟਰ ਸੀਗਾ, ਜਿਹਨੇ ਕਿ ਜਿਹੜੇ ਸ਼ੂਟਰਸ ਹੈਗੇ ਆ ਉਹਨਾਂ ਨੂੰ ਕ੍ਰਾਈਮ ਸਪੋਟ 'ਤੇ ਪਹੁੰਚਾਇਆ ਔਰ ਫਿਰ ਉਹਨਾਂ ਨੂੰ ਗਾਈਡ ਕਰਕੇ ਉੱਥੋਂ ਕੱਢਿਆ। ਜਦੋਂ ਇਹ ਮਰਡਰ ਐਗਜੀਕਿਊਟ ਹੋ ਗਿਆ, ਉਸ ਤੋਂ ਬਾਅਦ ਇਸ ਬੰਦੇ ਨੂੰ ਡਾਇਰੈਕਟਲੀ ਅੰਮ੍ਰਿਤਪਾਲ ਕਮਾਂਡ ਕਰਨ ਲੱਗ ਪਿਆ, ਉਹਨੇ ਇਹਨੂੰ ਉੱਥੋਂ ਭਜਾ ਦਿੱਤਾ ਮੌਕੇ ਤੋਂ। ਇਹ ਪਹਿਲਾਂ ਚੰਡੀਗੜ੍ਹ ਗਿਆ, ਫਿਰ ਅਦਰ ਸਟੇਟਸ 'ਚ ਗਿਆ ਔਰ ਫਿਰ ਦੁਬਈ ਚਲੇ ਗਿਆ। ਇੱਕ ਦੇ ਦਿਨ ਬਾਅਦ ਹੀ ਉੱਥੋਂ ਇਹ ਕਈ ਕੰਟਰੀਜ਼ ਦੇ ਵਿੱਚ ਟਰੈਵਲ ਕੀਤਾ, ਇਹ ਆਪਣਾ ਟਰੈਵਲ ਹਿਸਟਰੀ ਬਣਾ ਰਿਹਾ ਸੀ ਵੀ ਉਸ ਤੋਂ ਬਾਅਦ ਮੈਂ ਸੌਖਾ ਬਾਹਰ ਚਲੇ ਜਾਇਆ ਕਰੂੰਗਾ। ਔਰ ਹੁਣ ਇਹ ਜਦੋਂ ਅਰੈਸਟ ਹੋਇਆ, ਇਹਦੀ ਇੰਟੈਰੋਗੇਸ਼ਨ 'ਚ ਆਇਆ ਕਿ ਬਾਹਰ ਨੇਪਾਲ ਇੰਡੀਆ ਦੇ ਵਿੱਚ ਐਂਟਰ ਕੀਤਾ ਹੈਗਾ ਔਰ ਆ ਕੇ ਇਹ ਯੂਪੀ ਦੇ ਪੀਲੀਭੀਤ ਦੇ ਇਲਾਕੇ 'ਚ 1-2 ਦਿਨ ਰਿਹਾ, ਫਿਰ ਇਹਦੇ ਇਨਲੋਜ ਹੈਗੇ ਨੇ ਅੰਬਾਲੇ, ਇਹ ਉੱਥੇ ਆ ਗਿਆ। ਹੁਣ ਇਹ ਵਾਪਸ ਤਰਨ ਤਾਰਨ ਜਾ ਰਿਹਾ ਸੀਗਾ ਅਤੇ ਜਿਹਨੂੰ ਰਸਤੇ 'ਚ ਅਰੈਸਟ ਕੀਤਾ ਗਿਆ। ਇਹਦੇ ਉੱਪਰ ਆਰਮਸ ਐਕਟ ਦੇ ਵਿੱਚ ਪੁਲਿਸ ਸਟੇਸ਼ਨ ਫਲੋਰ ਦੇ ਵਿੱਚ FIR ਦਰਜ ਕੀਤੀ ਗਈ ਹੈ। ਸਾਡੀਆਂ ਸਪੈਸ਼ਲ ਟੀਮਸ ਜਿਹੜੀਆਂ ਹੈਗੀਆਂ ਉਹ ਇਹਦੀ ਇੰਟੈਰੋਗੇਸ਼ਨ ਕਰ ਰਹੀਆਂ ਹੈਗੀਆਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਸ਼ੂਟਰ ਸੀਗੇ ਉਸ ਵਾਰਦਾਤ 'ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾਵੇ ਔਰ ਉਹਨਾਂ ਦੀ ਅਰੈਸਟ ਕੀਤੀ ਜਾਵੇ। ਥੈਂਕ ਯੂ।